ਸਤਿ ਸ਼੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੈਵਨ ਮੀਡੀਆ। ਦੋਸਤੋ, ਅੱਜ ਪੂਰਾ ਦਿਨ ਭਰ ਦੇ ਜੋ ਹਾਲਾਤ ਸੀਗੇ ਪੰਜਾਬ ਦੇ, ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਵੱਖ ਵੱਖ ਚੈਨਲਾਂ ਰਾਹੀਂ ਆਪਾਂ ਦੇਖੇ ਨੇ। ਪੰਪਾਂ ਦੇ ਉੱਤੇ ਭੀੜ ਲੱਗੀ ਹੈ, ਕਈ ਜਗ੍ਹਾ ਲੜਾਈਆਂ ਵੀ ਹੋਈਆਂ ਅਤੇ ਲੋਕਾਂ ਨੂੰ ਇਹ ਹੋ ਗਿਆ ਵੀ ਸ਼ਾਇਦ ਜ਼ਿੰਦਗੀ ਭਰ ਸਾਨੂੰ ਤੇਲ ਮਿਲਣਾ ਹੀ ਨਹੀਂ। ਜੇ 1 ਲੀਟਰ ਤੇਲ ਦੀ ਜ਼ਰੂਰਤ ਸੀ, ਉਹਨੇ 10 ਲੀਟਰ ਲਿਆ, ਜਿਹਨੂੰ 10 ਸੀ ਉਹਨੇ 100 ਲੀਟਰ ਲਿਆ। ਅਤੇ ਹੁਣ ਥੋੜ੍ਹਾ ਸਮਾਂ ਪਹਿਲਾਂ ਇੱਕ ਖੁਸ਼ਖਬਰੀ ਮਿਲੀ ਹੈ ਵੀ ਜਿਹੜਾ ਸਮਝੌਤਾ ਹੋ ਗਿਆ ਡਰਾਈਵਰਾਂ ਵੱਲੋਂ, ਜਿਹੜੇ ਟਰਾਂਸਪੋਰਟਰਾਂ ਵੱਲੋਂ ਹੜਤਾਲ ਖੁੱਲ੍ਹ ਗਈ ਹੈ। ਕੀ ਇਹ ਜਾਣਕਾਰੀ ਸਟਿੱਕ ਹੈ, ਸੱਚੀ ਹੈ? ਅਤੇ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਨੇ ਸੀਨੀਅਰ ਪੱਤਰਕਾਰ ਵਿਕਰਮ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਕਰਮ ਜੀ, ਸਵਾਗਤ ਹੈ ਸਭ ਤੋਂ ਪਹਿਲਾਂ। ਬਿਲਕੁਲ ਜੀ ਮਕਬੂਲ ਜੀ, ਧੰਨਵਾਦ। ਆਪਾਂ ਸਾਰੇ, ਮੈਂ ਤੁਹਾਨੂੰ ਸੁਣੀ ਲਿਆ ਤੁਸੀਂ ਵੀ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਨੇ ਵਿੱਚ ਚੰਡੀਗੜ੍ਹ ਦੇ, ਪੰਪਾਂ ਦੇ 4 ਸਪੇਰੇ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਨੂੰ ਡਿਸਟਰਬੈਂਸ ਬਹੁਤ ਹੋਈ। ਇਸ ਤਰ੍ਹਾਂ ਹੋ ਗਿਆ ਜਿਵੇਂ ਪਾਣੀ ਮੁੱਕ ਗਿਆ ਹੁੰਦਾ ਸਾਡਾ, ਵੀ ਹਰ ਇੱਕ ਚੀਜ਼ ਨੂੰ ਇੱਦਾਂ ਕ੍ਰੀਏਟ ਕਰਤਾ। ਹਲੇ ਮਸਲਾ ਇੰਨਾ ਵਿਗੜਿਆ ਨਹੀਂ ਸੀ ਜਿੰਨਾ ਲੋਕਾਂ ਨੇ ਇਹਨੂੰ ਕ੍ਰੀਏਟ ਕਰਤਾ। ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ, ਤੁਹਾਡੀ ਗੱਲ ਤੇ ਬਿਲਕੁਲ ਵਜ਼ਨ ਹੈ। ਬਿਲਕੁਲ ਐ ਲੱਗਦਾ ਸੀ ਪੈਟਰੋਲ ਪੰਪਾਂ ਦਾ ਦ੍ਰਿਸ਼ ਵੇਖ ਕੇ ਜਿਵੇਂ ਕਿ ਪੈਟਰੋਲ ਦੇ ਜ਼ਖੀਰੇ ਖਤਮ ਹੋਣ ਵਾਲੇ ਨੇ। ਸੋ ਕਈ ਮੈਂ ਬਹੁਤ ਜਗ੍ਹਾ ਤੇ ਜਾ ਕੇ ਵੇਖਿਆ, ਇੱਕ ਵਿਅਕਤੀ ਦਾ ਘਰ ਦੇ ਵਿੱਚੋਂ ਵਿਚਾਰਾ ਆਪਣਾ ਅਚਾਰ ਵਾਲਾ ਡੱਬਾ ਚੁੱਕੀ ਫਿਰਦਾ ਸੀ 5 ਲੀਟਰ ਦਾ, ਤੇ ਮੈਂ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹ ਵਿਚਾਰਾ ਦੇਸੀ ਜਿਹਾ ਬੰਦਾ ਕਹਿਣ ਲੱਗਾ ਵੀ ਭਾਜੀ ਪੈਟਰੋਲ ਖਤਮ ਹੋਣ ਵਾਲਾ, ਮੈਂ ਪੈਟਰੋਲ ਖਤਮ ਨਹੀਂ ਹੋਣ ਵਾਲਾ। ਤਾਂ ਫਿਰ ਉਹਦੇ ਨਾਲ ਜਦੋਂ ਗੱਲਬਾਤ ਉਹਨੂੰ ਜਦੋਂ ਸਮਝਾਇਆ ਮੈਂ ਵੀ ਇਹ ਨਵਾਂ ਜਿਹੜਾ ਕਾਨੂੰਨ ਬਣਿਆ ਹੈ ਰਿਟ ਐਂਡ ਰਨ, ਮੋਦੀ ਸਰਕਾਰ ਵੱਲੋਂ ਨਵੇਂ ਕਾਨੂੰਨ ਦੀ ਉਲੰਘਣਾ ਜਿਹੜੀ ਹੈਗੀ ਹੈ ਉਹ ਟਰਾਂਸਪੋਰਟ ਤੇ ਡਰਾਈਵਰਾਂ ਵੱਲੋਂ ਕੀਤੀ ਗਈ। ਕੋਈ ਕਾਨੂੰਨ ਦੇ ਵਿੱਚ ਜਿਹੜਾ ਬੜਾ ਖਤਰਨਾਕ ਜਿਹੜੀਆਂ ਸਜਾਵਾਂ ਬਰਕਰਾਰ ਕੀਤੇ ਗਏ ਨੇ, ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿਹੜੇ ਕਿ ਟਰੱਕ ਡਰਾਈਵਰਾਂ ਨੇ ਸਟ੍ਰਾਈਕ ਕੀਤੀ। ਕਿਉਂਕਿ ਜੇ ਮਕਬੂਲ ਜੀ ਗੱਲ ਕਰੀਏ, ਸਾਰਾ ਦੇਸ਼ ਦਾ ਜਿਹੜਾ ਢਾਂਚਾ ਸਾਡਾ ਆਦਾਨ ਤੇ ਪ੍ਰਦਾਨ, ਦੇਸ਼ ਦਾ ਆਉਣ ਜਾਣ ਦਾ, ਚਾਹੇ ਉਹ ਖਾਣ ਪੀਣ ਦੀ ਅਵਸਥਾ ਨੇ, ਚਾਹੇ ਕੋਈ ਦੂਸਰੀਆਂ ਚੀਜ਼ਾਂ ਨੇ, ਤਾਂ ਉਹ ਆਵਾਜਾਈ ਨਾਲ ਹੀ ਜੁੜੀਆਂ ਹੋਈਆਂ ਨੇ। ਸਭ ਟਰਾਂਸਪੋਰਟਰਾਂ ਦੇ ਸਿਰ ਤੇ ਸਾਰਾ ਕੁਝ ਚੱਲ ਰਿਹਾ। ਬਿਲਕੁਲ, ਤੇ ਜੇ ਗੱਲ ਕਰੀਏ ਦੁਨੀਆਂ ਦੇ ਵਿੱਚ ਹੁਣ ਜਿਹੜੀ ਲੜਾਈ ਚੱਲ ਰਹੀ ਹੈ ਉਹ ਵੀ ਐਨਰਜੀ ਨੂੰ ਲੈ ਕੇ ਚੱਲ ਰਹੀ ਹੈ, ਊਰਜਾ ਨੂੰ ਲੈ ਕੇ ਚੱਲ ਰਹੀ ਹੈ। ਅਗਰ ਊਰਜਾ ਜਾਉਂਦੀ ਰਹੇਗੀ ਤੇ ਊਰਜਾ ਦੇ ਸਰੋਤਾਂ ਦੇ ਨਾਲ ਹੀ ਮਨੁੱਖ ਜਿਹੜਾ ਹੈਗਾ ਚੱਲਦਾ। ਤੇ ਅੱਜ ਜੋ ਹਾਲਾਤ ਸਨ ਪਟਿਆਲਾ ਦੇ ਪੈਟਰੋਲ ਪੰਪਾਂ ਦੇ, ਸਵੇਰੇ 10 ਵਜੇ ਹੀ ਇੰਨੀ ਹਾਲਾਤ ਮਾੜੇ ਹੋ ਗਏ, ਜਿਵੇਂ ਜਿਵੇਂ ਲੋਕਾਂ ਨੇ ਵਟਸਐਪ ਤੇ ਇੰਸਟਾਗ੍ਰਾਮ ਤੇ ਖਬਰਾਂ ਵੇਖੀਆਂ ਤਾਂ ਲੋਕ ਜਿਹੜੇ ਨੇ ਹਫਰਾ ਤਫਰੀ ਦਾ ਮਾਹੌਲ ਲੱਗਿਆ ਵੀ ਕਈ ਪੈਟਰੋਲ ਪੰਪਾਂ ਤੇ ਤਾਂ ਆਪਸ ਵਿੱਚ ਗੁੱਥਮ ਗੁੱਥੀ ਹੋਣ ਦੀਆਂ ਵੀਡੀਓ ਵੀ ਜਿਹੜੀਆਂ ਨੇ ਉਹ ਫੇਸਬੁੱਕ ਦੇ ਉੱਪਰ ਸਾਹਮਣੇ ਆਈਆਂ ਨੇ। ਸੋ ਫਿਰ ਡੀਸੀ ਜਿਹੜੇ ਪਟਿਆਲਾ ਨੇ ਉਹਨਾਂ ਨੇ ਵੀ ਆਪਣਾ ਇੱਕ ਬੜਾ ਸੋਹਣਾ ਲੋਕਾਂ ਨੂੰ ਇਹ ਗੱਲ ਕਹੀ ਵੀ ਹਲੀਮੀ ਨਾਲ ਦਮ ਲਓ, ਤੁਸੀਂ ਉਹਦੇ ਚ ਪੈਨਿਕ ਦੇ ਵਿੱਚ ਨਾ ਆਵੋ, ਅਸੀਂ ਸਪਲਾਈ ਨੂੰ ਬਹਾਲ ਕਰਨ ਲਈ ਆਪਣੇ ਸਾਰੇ ਜਿਹੜੇ ਉਚੇਚੇ ਪ੍ਰਬੰਧ ਕਰ ਰਹੇ ਹਾਂ ਵੀ ਲੋਕ ਜਿਹੜੇ ਨੇ। ਫਿਰ ਨਾਲ ਦੀ ਨਾਲ ਪਟਿਆਲਾ ਦੇ ਸਾਰੇ ਪੈਟਰੋਲ ਜਿਹੜੇ ਪੰਪ ਨੇ, ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਲਗਾਈ, ਟ੍ਰੈਫਿਕ ਵਿਵਸਥਾ ਨੂੰ ਜਿਵੇਂ ਕਿ ਟ੍ਰੈਫਿਕ ਵਿਵਸਥਾ ਜਿਵੇਂ ਮੈਂ ਗੱਲ ਕਰਾਂ, 3 ਪੈਟਰੋਲ ਪੰਪ ਤੁਸੀਂ ਦੇਖਿਆ ਹੋਣਾ ਵੀ ਠੀਕਰੀ ਵਾਲਾ ਚੌਂਕ ਤੇ 3 ਪੈਟਰੋਲ ਪੰਪ ਨੇ ਜੀ। ਹਾਲਾਤ ਏਦਾਂ ਦੇ ਬਣ ਗਏ ਵੀ ਟ੍ਰੈਫਿਕ ਵਿਵਸਥਾ ਇੱਕਦਮ ਸਾਰੀ ਕੰਟਰੋਲ ਕਰਨੀ ਔਖੀ ਹੋ ਗਈ। ਪੁਲਿਸ ਨੇ ਮੌਕੇ ਤੇ ਆ ਕੇ ਲਿਆਕਤ ਤੋਂ ਕੰਮ ਲੈਂਦੇ ਹੋਏ ਲੋਕਾਂ ਨੂੰ ਸੁਚੱਜੇ ਢੰਗ ਦੇ ਨਾਲ ਰੋਕਿਆ, ਤੇ ਹੌਲੀ ਹੌਲੀ ਤੁਸੀਂ ਵੇਖੋ ਵੀ ਇਹ ਪੈਟਰੋਲ ਪੰਪ ਤੇ ਮਾਹੌਲ ਬਣ ਗਿਆ ਵੀ ਜਿੱਦਾਂ ਇੱਕਦਮ ਜਦੋਂ ਕੰਟਰੋਲ ਜਦੋਂ ਕਰਨ ਤੋਂ ਬਾਅਦ ਵੀ ਜਿਵੇਂ ਆਪਾਂ ਕਿਤੇ ਲੰਗਰ ਲਈ ਜਾਂਦੇ ਹਾਂ ਜਾ ਕੇ ਜਗ੍ਹਾ ਤੇ ਧਾਰਮਿਕ ਸਥਾਨ ਤੇ ਆਪਾਂ ਜਾਂਦੇ ਨੀ ਵੀ ਇੱਕ ਬੈਰੀਕੇਡ ਲੱਗਿਆ ਹੁੰਦਾ, ਪਹਿਲਾਂ ਬੰਦੇ ਅੰਦਰ ਵਾੜਦੇ ਹਾਂ ਦੂਜੇ ਫਿਰ ਵੜਨਗੇ, ਅੱਜ ਏਦਾਂ ਸਥਿਤੀਆਂ ਬਣਾ ਦਿੱਤੀਆਂ ਗਈਆਂ। ਨਹੀਂ, ਉਹ ਤਾਂ ਪਟਿਆਲਾ ਪ੍ਰਸ਼ਾਸਨ ਦੀ ਇੱਕ ਸਿਆਣਪ ਸੀਗੀ ਜਿਹਨਾਂ ਨੇ ਸਥਿਤੀ ਨੂੰ ਕੰਟਰੋਲ ਚ ਕਰ ਲਿਆ।
ਸਥਿਤੀ ਨੂੰ ਕੰਟਰੋਲ ਕਰ ਲਿਆ, ਕਿਉਂਕਿ ਪੈਟਰੋਲ ਜਿਹੜਾ ਪੰਪ ਹੈ ਡੀਜ਼ਲ ਹੈ, ਇੱਕ ਜਲਨਸ਼ੀਲ ਪ੍ਰਕਿਰਿਆ ਹੁੰਦੀ ਹੈ, ਕੋਈ ਵਿਅਕਤੀ ਹੁੰਦਾ ਕੋਈ ਆਪਣਾ, ਕਿਉਂਕਿ ਇੰਨੇ ਮੋਬਾਈਲ ਵੇਖੋ, ਇੱਕ ਪੈਟਰੋਲ ਪੰਪ ਤੇ ਇੰਨੇ ਮੋਬਾਈਲ ਦਾ ਘੇਰਾ ਬਣ ਗਿਆ, ਕਿਉਂਕਿ ਮੋਬਾਈਲ ਵੀ ਡੇਂਜਰਸ ਨੇ, ਲਿਖਿਆ ਹੁੰਦਾ ਪੈਟਰੋਲ ਪੰਪਾਂ ਦੇ ਉੱਪਰ ਵੀ ਤੁਸੀਂ ਆਪਣਾ ਮੋਬਾਈਲ ਦੂਰੀ ਰੱਖੋ ਤੇਲ, ਮਤਲਬ ਇੱਕ ਪੈਟਰੋਲ ਪੰਪ ਦੇ ਜਦੋਂ ਘੱਟੋ ਘੱਟ 200 ਮੋਬਾਈਲ 300 ਮੋਬਾਈਲ ਉਹਦੇ ਆਲੇ ਦੁਆਲੇ ਘੁੰਮੇਗਾ ਤੇ ਕੋਈ ਵੀ ਹਾਦਸਾ ਵਾਪਰ ਸਕਦਾ ਸੀ। ਆਪਣੇ ਲਾਲਚ ਵਸ ਪੈ ਕੇ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਕਿੱਡੇ ਕਿੱਡਾ ਵੀ ਵੱਡਾ ਹਾਦਸਾ ਹੋ ਸਕਦਾ ਸੀ। ਲੋਕ ਆਪਣੇ ਲਾਲਚ ਵਸ ਪੈ ਕੇ ਆਪਣੇ ਆਪਣੇ ਚੱਲ ਕੇ ਆ ਸਾਰੇ, ਤੇ ਅੱਜ ਸਟ੍ਰਾਈਕ ਜਿਹੜੀ ਹੁਣ ਅੱਧਾ ਪੌਣਾ ਘੰਟਾ ਪਹਿਲਾਂ ਦੀ ਖਬਰ ਹੈ ਵੀ ਜਿਹੜੀ ਲਗਭਗ ਜਿਹੜੀ ਸਟ੍ਰਾਈਕ ਹੈ ਉਹ ਦੇਸ਼ ਭਰ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੇ ਖਤਮ ਕਰ ਦਿੱਤੀ ਗਈ ਹੈ। ਸੋ ਪਰ ਲੇਕਿਨ ਅੱਜ ਦੇ ਇੱਕ ਗੱਲ ਦੇ ਹੋਰ ਵੀ ਸੰਕੇਤ ਮਕਬੂਲ ਜੀ ਸਾਹਮਣੇ ਆਏ ਨੇ ਵੀ ਅੱਜ ਤਾਂ ਪੈਟਰੋਲ ਨੂੰ ਲੈ ਕੇ ਅੱਜ ਲੋਕਾਂ ਦੀ ਜਿਹੜੀ ਮਨੋਵਸਥਾ ਇਹ ਸੀ, ਉਹ ਜੇ ਗੱਲ ਕਰੀਏ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਪਾਣੀ ਦੇ ਜ਼ਖੀਰੇ ਖਤਮ ਹੁੰਦੇ ਨੇ ਤੇ ਲੋਕਾਂ ਦੀ ਕੰਡੀਸ਼ਨ ਕੀ ਹੋਵੇਗੀ ਜੀ? ਕਿੱਥੇ ਆਪਾਂ ਜਿਹੜੇ ਆਪਣੇ ਕੁਦਰਤ ਇਹ ਆਉਣ ਵਾਲਾ ਸਮਾਂ ਜਿਹੜਾ ਕੁਦਰਤੀ ਸਰੋਤ ਨੇ ਸਾਡੇ, ਜੇ ਅਸੀਂ ਨਾ ਸੰਭਾਲੇ ਤਾਂ ਅੱਜ ਦੇਖੋ ਜੇ ਹਾਲਾਤ ਡੀਜ਼ਲ ਪੈਟਰੋਲ ਨੂੰ ਲੈ ਕੇ ਹੋਏ ਨੇ, ਜੇ ਤੁਸੀਂ ਵਾਕਈ ਸਹੀ ਗੱਲ ਕਰਦੇ ਹੋ ਅੱਗੇ ਹਾਲਾਤ ਕੀ ਹੋਣਗੇ ਫਿਰ? ਸੋ ਅੱਜ ਦੇਖੋ ਪੜ੍ਹੇ ਲਿਖੇ ਲੋਕ, ਇੰਟੈਲੀਜੈਂਟ ਲੋਕ ਜਿਹਨਾਂ ਦੇ ਬ੍ਰੇਨ ਸ਼ਾਰਪ ਨੇ, ਸਾਰਾ ਕੁਝ ਹੈ, ਜਦਕਿ ਲੋਕਾਂ ਨੂੰ ਪਤਾ ਵੀ ਸੀ ਵੀ ਸਟ੍ਰਾਈਕ ਏਡਾ ਲੰਬਾ ਸਮਾਂ ਨਹੀਂ ਚੱਲਣ ਵਾਲੀ, ਖੁੱਲ ਜਾਣੀ ਹੈ, ਪਰ ਲੇਕਿਨ ਰੌਲਾ ਇਸ ਢੰਗ ਦਾ ਪੈ ਗਿਆ ਜਿਵੇਂ ਅਖਾੜੀ ਦੇ ਵਿੱਚੋਂ ਹੀ ਮੁੱਕ ਗਿਆ ਹੋਵੇ ਡੀਜ਼ਲ, ਹਾਂ ਪੂਰੇ ਸਰੋਤ ਹੀ ਖਤਮ ਹੋ ਗਏ ਡੀਜ਼ਲ ਪੈਟਰੋਲ ਦੇ, ਵੀ ਜ਼ਖੀਰੇ ਹੀ ਖਤਮ ਹੋਣ ਵਾਲੇ ਨੇ। ਸੋ ਫਿਰ ਵੀ ਕੁੱਲ ਮਿਲਾ ਕੇ ਜਿਹੜੇ ਆਮ ਲੋਕ ਨੇ, ਬਹੁਤ ਸਾਰੇ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਤਾਂ ਆਪਣੀ ਟੈਂਕੀਆਂ ਭਰਾ ਲਈਆਂ, ਬਹੁਤ ਸਾਰੇ ਲੋਕ ਨੇ ਆਪਣੇ ਕੰਮਾਂ ਕਾਜਾਂ ਲਈ ਘਰੋਂ ਨਿਕਲਦੇ ਨੇ, ਬਹੁਤ ਸਾਰੇ ਟੀਚਰ ਨੇ ਉਹਨਾਂ ਨੇ ਗੱਡੀਆਂ ਲਾਈਆਂ ਹੋਈਆਂ ਨੇ, ਸਕੂਲ ਪਹੁੰਚਣ ਦਾ ਪ੍ਰਬੰਧ ਪਹਿਲਾਂ ਜੇ ਟੈਕਸੀਆਂ ਵਾਲੇ ਕਰ ਲਿਆ ਸਾਰਿਆਂ ਨੇ। ਸੋ ਇੱਕ ਇਹਦੇ ਵਿੱਚ ਇੱਕ ਇੱਕ ਮੈਸੇਜ ਜਿਹੜਾ ਮਨੁੱਖਤਾ ਨੂੰ ਇਹ ਮਿਲਣਾ ਚਾਹੀਦਾ ਵੀ ਤੁਸੀਂ ਸੋਚੋ ਸਮਰੋ। ਅੱਛਾ ਬਿਕਰਮ ਜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਹੜੇ ਪੰਪ ਦੇ ਉੱਤੇ ਹਲੇ ਇੱਕ ਵੀਕ ਦਾ 1 ਵੀਕ ਦਾ ਤੇਲ ਪਿਆ ਸੀ, ਅਸੀਂ ਲੋਕਾਂ ਨੇ ਉਹਨੂੰ ਇੱਕ ਇੱਕੇ ਦਿਨ 'ਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੈਟਰੋਲ ਪੰਪਾਂ ਨੂੰ ਤਾਲੇ ਵੀ ਲੱਗੇ ਆਊਟ ਆਫ ਸਟਾਕ? ਬਿਲਕੁਲ ਮਕਬੂਲ ਜੀ, ਇਹ 30-35% ਤਾਂ ਕੱਲ ਹੀ ਜਿਹੜਾ ਡਰਾਈ ਹੋ ਗਿਆ ਸੀ, ਕੱਲ ਹੀ ਖਤਮ ਹੋ ਗਿਆ ਸੀ, 30-35 ਦੀ ਕੱਲ ਦੀ ਰੇਸ਼ੋ ਹੈ, ਤੇ ਅੱਜ ਜਿਹੜਾ ਹੈਗਾ ਸੀ ਉਹਨਾਂ ਕੋਲ ਬੈਲੈਂਸ 60, ਕਿਸੇ ਕੋਲ 55 ਦੀ ਰੇਸ਼ੋ ਸੀ, ਆਪਾਂ ਸੀ ਉਹ ਸਾਰੀ ਲਗਭਗ, ਮੈਂ ਅਸੀਂ ਅੰਦਾਜ਼ਾ ਲਾ ਲਿਆ ਸੀ ਵੀ 3:30 3 ਵਜੇ ਪੈਟਰੋਲ ਪੰਪਾਂ ਦੇ ਤੇਲ ਖਤਮ ਹੋ ਜਾਏਗਾ ਜੀ। ਹੁਣ ਲੋਕਾਂ ਨੂੰ ਰਾਹਤ ਦੀ ਖਬਰ ਕੀ ਹੈ ਲਾਸਟ 'ਚ ਦੱਸੋ? ਰਾਹਤ ਦੀ ਖਬਰ ਬਸ ਵੀ ਉਹ ਹੜਤਾਲ ਵਾਪਸ ਹੋ ਗਈ ਹੈ, ਮੈਨੂੰ ਲੱਗਦਾ ਵੀ ਜਿਹੜੇ ਵੀ ਡੀਪੂ ਨੇ ਜਿੱਥੇ ਨੇ, ਚਾਹੇ ਆਪਣਾ ਅੰਬਾਲੇ ਤੋਂ ਆਉਂਦਾ, ਕਿਸੇ ਦਾ ਕਿਸ ਡੀਪੂ ਤੋਂ ਆਉਂਦਾ, ਮੈਨੂੰ ਲੱਗਦਾ ਵੀ ਸਵੇਰ ਤੱਕ ਕੱਲ ਸਪਲਾਈ ਲੈਣ ਜਿਹੜੀ ਆਏਗੀ, ਤੇ ਕੱਲ ਮੈਨੂੰ ਲੱਗਦਾ ਦੁਪਹਿਰ ਤੋਂ ਬਾਅਦ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਇਹ ਪੰਪ ਦੁਆਰਾ ਫਿਰ ਉਸੀ ਆਪਣੀ ਜਿਹੜੀ ਪੁਰਾਣੀ ਕੰਡੀਸ਼ਨ ਚ ਆਉਣਗੇ, ਉਦਾਂ ਹੀ ਸਪਲਾਈ ਵਿੱਚ ਆ ਜਾਣਗੇ। ਕਿਉਂਕਿ ਸੰਗਰੂਰ ਤੋਂ ਖਬਰ ਆਈ ਹੈ ਸਾਡੇ ਕੋਲੇ ਵੀ, ਸੰਗਰੂਰ ਤੋਂ ਡੀਪੂ ਤੋਂ ਜਿਹੜਾ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਵੀ ਸਾਡਾ ਸਮਝੌਤਾ ਹੋ ਗਿਆ, ਇਹ ਹੜਤਾਲਾਂ ਖੁੱਲ ਗਈਆਂ ਨੇ, ਕੰਟੀਨਿਊਟੀ ਅਸੀਂ ਬਰਕਰਾਰ ਕਰਨ ਲੱਗੇ ਹਾਂ। ਕਿਉਂਕਿ ਜੇ ਆਪਾਂ ਗੱਲ ਕਰੀਏ ਮਕਬੂਲ ਜੀ, ਗੱਡੀਆਂ ਤੇ ਆਲਰੇਡੀ ਪਹਿਲਾਂ ਹੀ ਭਰੀਆਂ ਹੁੰਦੀਆਂ ਨੇ, ਕਿਉਂਕਿ ਇਹ ਸਪਲਾਈ ਲੈਣ ਕਦੀ ਵੀ ਪੈਟਰੋਲ ਜਿਹੜੀ ਸੈਕਸ਼ਨ ਹੁੰਦੀਆਂ ਨੇ, 2-3 ਦਿਨ ਬਾਅਦ ਸਪਲਾਈ ਦੇਣੀ ਹੁੰਦੀ ਹੈ, ਗੱਡੀਆਂ ਪਹਿਲੀ ਆਲਰੇਡੀ ਭਰੀਆਂ ਹੋਈਆਂ ਨੇ, ਸਿਰਫ ਉਹਨਾਂ ਨੇ ਗੱਡੀਆਂ ਨੂੰ ਤੋਰਨਾ, ਸੈਲਫ ਮਾਰ ਕੇ ਪੰਪਾਂ ਤੱਕ ਪਹੁੰਚਣਾ, ਬਸ ਪੰਪਾਂ ਤੱਕ ਪਹੁੰਚਣਾ। ਤੇ ਜੇ ਗੱਲ ਕਰੀਏ ਪੰਪਾਂ ਦੇ, ਜੇ ਪਹੁੰਚਦੀਆਂ ਨੇ ਗੱਡੀਆਂ ਤਾਂ ਉਹ ਮੈਨੂੰ ਪਤਾ ਵੀ ਘੱਟੋ ਘੱਟ ਨਾ ਕਰਦੇ 1 ਘੰਟੇ 'ਚ ਗੱਡੀ ਖਾਲੀ ਹੋ ਜਾਂਦੀ, ਕਿਉਂਕਿ ਇੰਨੇ ਅੱਜ ਕੱਲ੍ਹ ਜਿਹੜੇ ਟੈਕਨੋਲੋਜੀ ਦੇ ਪ੍ਰਬੰਧ ਆ ਗਏ ਨੇ, ਪਹਿਲਾਂ ਗੱਡੀ
ਖਾਲੀ ਹੋਣ ਤੇ ਬੜਾ ਸਮਾਂ ਲੱਗਦਾ ਸੀ, ਲੇਕਿਨ ਮੈਨੂੰ ਲੱਗਦਾ ਵੀ ਗੱਡੀ ਵੀ ਜਲਦੀ ਖਾਲੀ ਹੋ ਜਾਂਦੀ ਹੈ। ਗੱਲਬਾਤ ਕਰਨ ਲਈ ਸ਼ੁਕਰੀਆ ਜੀ।